ਅੱਜ ਪਾਲੀ ਸਰ ਸੇਫ ਨਹੀਂ ਹੈ। ਪਾਲੀ ਸਰ ਪਤਾ ਨਹੀਂ ਕਿਉਂ ਹੈ ਨਾ, ਮਤਲਬ 2-3 ਦਿਨ ਤੋਂ ਅੱਜ ਲੱਗਦਾ ਟ੍ਰੈਫਿਕ ਵੀ ਬਹੁਤ ਜ਼ਿਆਦਾ ਨਾ ਇੱਥੇ, ਨਾਕਾ ਲੱਗਾ ਹੋਇਆ ਪਰ ਨਾਕੇ ਨਾਲ ਸਾਨੂੰ ਕੀ ਮਤਲਬ, ਨਾਕਾ ਤਾਂ ਸਾਡਾ ਹੀ ਆ ਪਰ ਨਾਕਾ ਅਸੀਂ ਆਪ ਹੀ ਲਵਾਇਆ ਨਾ, ਫਿਰ ਦੇਖ ਕੇ ਆਉਣਾ ਪੈਂਦਾ ਉੱਥੇ ਕੀ ਮੌਲ ਆ, ਕਿੱਦਾਂ ਦਾ ਮੌਲ ਹੈ ਨਾ, ਉੱਥੇ ਨਾਕਾ ਠੀਕ ਚੱਲਦਾ ਕਿ ਨਹੀਂ। ਇਸ ਕਰਕੇ ਸਰ ਕਿਤੇ ਕਿਤੇ ਡਿਸਟ੍ਰੈਕਸ਼ਨ 'ਤੇ ਰੁਕ ਜਾਂਦੇ ਹੁੰਦੇ ਉੱਥੇ, ਉਹ ਕਰਨੀ ਹੁੰਦੀ ਉੱਥੇ, ਇਸ ਕਰਕੇ ਮਤਲਬ ਸਰ ਨਹੀਂ ਆਏ। ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਫੇਵਰੇਟ ਸ਼ੋਅ ਦੇ ਵਿੱਚ ਫਿਰ ਤੋਂ ਦੁਬਾਰਾ, ਜਿਹਦਾ ਨਾਮ ਹੈ ਜੀ ਜਨਾਬ। ਸਭ ਤੋਂ ਪਹਿਲਾਂ ਮੈਂ ਇੱਕ ਬੋਲੀ ਪਾ ਦਵਾਂ ਪਿਆਰੀ ਜੀ, ਫਿਰ ਬੋਲੀ ਤੋਂ ਸ਼ੁਰੂਆਤ ਕਰਦੇ ਹਾਂ ਜੀ ਇਸ ਪ੍ਰੋਗਰਾਮ ਦੀ। ਹਾਂਜੀ, ਵਾਰੀ ਵਰਸੀ ਖੇਡਣ ਗਈ ਸੀ, ਘੱਟ ਕੇ ਲਿਆਉਂਦੀ ਪੈਨਸਲ। ਛੱਡੋ ਬੋਲੀ, ਕੈਂਸਲ ਬੋਲੀ, ਮੈਂ ਬਾਅਦ 'ਚ ਸੁਣਾਊਂਗੀ। ਪਹਿਲਾਂ ਉਹ ਜੂਨੇ ਨੂੰ ਫੋਨ ਕਰਦੀ ਹਾਂ, ਮਰ ਜਾਣਾ ਪਤਾ ਨਹੀਂ ਕਿੱਥੇ ਰਹਿ ਗਿਆ। ਜੂਨੇ ਮੈਂ ਮੈਸੇਜ ਕਰ ਦਿੰਦੀ ਹਾਂ, ਆਹ ਚਲਾ ਗਿਆ ਉਹਨੂੰ ਮੈਸੇਜ, ਆਹ ਵੀ ਪੜ੍ਹ ਕੇ ਆ ਜਾਊਂਗਾ। ਵੈਸੇ ਹੈ ਤਾਂ ਅਨਪੜ੍ਹ ਆ, ਪਰ ਉਹਨੂੰ ਪਤਾ ਲੱਗਿਆ ਇਸ ਟਾਈਮ ਜਿਹੜਾ ਥਾਣੇ ਦੇ ਵਿੱਚੋਂ ਮੈਸੇਜ ਆਊਗਾ, ਹੋਰ ਤਾਂ ਕੋਈ ਕਰਨੇ ਲੱਗਾ, ਹੋਰ ਉਹਨੂੰ ਉੱਦਾਂ ਵੀ ਨਹੀਂ ਕੋਈ ਕਰਦਾ। ਅਤੇ ਵੈਸੇ ਮੈਂ ਤੁਹਾਨੂੰ ਗੱਲ ਦੱਸਾਂ, ਜਦੋਂ ਕਿਸੇ ਕੋਲੋਂ ਕੋਈ ਚੀਜ਼ ਮੰਗਣੀ ਹੋਵੇ ਨਾ, ਇੱਦਾਂ ਮੰਗਿਆ ਕਰੋ ਜਿੱਦਾਂ ਆਪਣੇ ਪਿਓ ਦੀ ਹੋਵੇ, ਡਰਿਆ ਨਾ ਕਰੋ। ਜੇ ਮਿਲ ਗਈ ਤਾਂ ਠੀਕ ਆ, ਨਹੀਂ ਤਾਂ ਉੱਦਾਂ ਕਿਹੜਾ ਫਿਰ ਆਪਣੇ ਪਿਓ ਦੀ ਆ। ਅਤੇ ਨਾਲੇ ਇਹ ਤਾਂ ਕੁਛ ਨਹੀਂ ਹੈਗਾ, ਜਦੋਂ ਮਤਲਬ ਹੈ ਨਾ, ਮੇਰੇ ਪਾਪਾ ਕਹਿੰਦੇ ਹੁੰਦੇ ਸੀਗੇ ਕਿਤੇ ਪਾਰਟੀ ਦੇ ਵਿੱਚ ਜਾਓ, ਚਾਹੇ ਕਿਤੇ ਫੰਕਸ਼ਨ ਹੋਵੇ, ਕਿਤੇ ਵਿਆਹ ਦਾ ਪ੍ਰੋਗਰਾਮ ਹੋਵੇ, ਜਿੱਥੇ ਮਤਲਬ ਖਾਣ ਪੀਣ ਦਾ ਅਰੇਂਜਮੈਂਟ ਹੋਵੇ, ਉੱਥੇ ਜਾਂਦੇ ਨੇ ਪਹਿਲੀ ਵਾਰੀ ਤਾਂ ਇੱਦਾਂ ਖਾਓ ਜਿੱਦਾਂ ਦੂਜੀ ਵਾਰੀ ਮਿਲਣਾ ਹੀ ਨਹੀਂ, ਅਤੇ ਦੂਜੀ ਵਾਰੀ ਇੱਦਾਂ ਖਾਓ ਜਿੱਦਾਂ ਪਹਿਲਾਂ ਕਦੀ ਖਾਧਾ ਹੀ ਨਾ ਹੋਵੇ। ਟੱਕ ਤੱਕ ਤੈਨੂੰ ਗੋਰੀਏ, ਨਿਕਲੇ ਕਰੰਟ ਤੇਰੇ ਯਾਰ ਚੋਂ, ਟੱਕ ਤੱਕ ਤੈਨੂੰ ਗੋਰੀਏ। ਸਤਿ ਸ਼੍ਰੀ ਅਕਾਲ ਮੈਡਮ ਜੀ। ਬਿਜਲੀ ਬੋਰਡ ਵਾਲਿਆਂ ਦੇ ਸਭ ਤੋਂ ਛੋਟੇ ਖੰਭੇ, ਤੇ ਚ ਕਿਤੇ ਕਰੰਟ ਆ ਗਿਆ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ ਮੈਡਮ ਜੀ? ਠੀਕ ਆ, ਤੂੰ ਦੱਸ ਕਿੱਦਾਂ? ਮੈਂ ਬਹੁਤ ਵਧੀਆ ਮੈਡਮ ਜੀ। ਮੈਂ ਸੁਣਿਆ ਅੱਜ ਕੱਲ੍ਹ ਚੋਰੀਆਂ ਬਹੁਤ ਹੋ ਰਹੀਆਂ ਜੀ ਆਪਣੇ ਪੰਜਾਬਪੁਰ 'ਚ ਜੀ। ਸੁਣਿਆ, ਦੇਖ ਕੇ ਵੀ ਮਰ ਜਾਣਾ, ਫੇਰ ਦੱਸ ਮੈਨੂੰ ਸਬੂਤ ਲੈ ਕੇ ਆ। ਸਬੂਤ ਚਾਹੀਦੇ ਹੁੰਦੇ, ਕਾਨੂੰਨ ਨੂੰ ਸਬੂਤ ਚਾਹੀਦੇ ਹੁੰਦੇ, ਮਰ ਜਾਣਾ। ਨਹੀਂ, ਉਹ ਤਾਂ ਭੀੜ ਬਹੁਤ ਆ, ਮੈਂ ਪਿੱਛੇ ਰਹਿ ਜਾਣਾ ਜੀ, ਮੈਂ ਤੂੰ ਦੇਖਿਆ ਨਹੀਂ ਜਾਂਦਾ ਗਾਹਾਂ ਜੀ। ਤੇ ਤੂੰ ਕਹਿਣਾ ਸਬੂਤ ਪਿੱਛੇ ਭੇਜ ਦਿਓ, ਭੀੜ ਦੇ ਪਿੱਛੇ ਭੇਜ ਦਿਓ ਸਬੂਤ। ਸਬੂਤ ਕੰਮ ਤੁਹਾਡਾ ਜੀ, ਤੁਹਾਨੂੰ ਆਈ ਨਹੀਂ ਰਿਪੋਰਟ ਨਹੀਂ ਆਈ ਜੀ? ਨਹੀਂ, ਮੈਨੂੰ ਰਿਪੋਰਟ ਨਹੀਂ, ਬਿਲਕੁਲ ਨਹੀਂ ਆਈ। ਵੈਸੇ ਤੁਹਾਨੂੰ ਕਿੱਥੋਂ ਆਉਣੀ, ਵੱਡੇ ਅਫਸਰਾਂ ਨੂੰ ਆਉਂਦੀ ਹੈ, ਪਾਲੀ ਸਰ ਨੂੰ ਆਈ ਹੋਊਗੀ ਜ਼ਰੂਰ। ਅੱਛਾ ਅੱਛਾ, ਕਿਸੇ ਪਾਲੀ ਸਰ ਨੂੰ ਆਈ ਹੋਣੀ, ਪਾਲੀ ਸਰ ਨੂੰ ਆ ਲੈਂਦੇ, ਫਿਰ ਪਾਲੀ ਸਰ ਨੂੰ ਪੁੱਛ ਲੈਂਦੇ ਹਾਂ ਜੀ। ਹੋਰ ਸੁਣਾ ਮੈਡਮ ਜੀ, ਪਾਲੀ ਸਰ ਦਾ ਫੋਨ ਫਾਨ ਆ ਗਿਆ ਜੀ? ਫਾਨ ਆਇਆ ਸੀ, ਫੋਨ ਤਾਂ ਨਹੀਂ ਆ। ਕੀ ਕਹਿੰਦਾ ਜੀ? ਕੁਛ ਨਹੀਂ, ਫਾਨ ਦੇ ਚੋਂ ਕਿਹੜਾ ਆਵਾਜ਼ ਆਉਂਦੀ, ਫੋਨ 'ਚ ਹੁੰਦੀ ਹੁੰਦੀ ਆਵਾਜ਼, ਮਰ ਜਾਣਾ। ਮਤਲਬ ਆਇਆ ਨਹੀਂ ਜੀ? ਨਹੀਂ। ਹੋਰ ਘਰ ਸਭ ਠੀਕ ਆ ਜੀ? ਘਰ ਠੀਕ ਆ ਸਾਰੇ ਨੇ। ਹੋਰ ਗਾਣਾ ਸੁਣਾ ਦੋ ਕੋਈ। ਮੈਂ ਸੁਣਾਵਾਂ ਗਾਣਾ ਜੀ? ਸੁਣ ਫਿਰ ਸੁਣਾਓ। ਮੈਂ ਵੀ ਅੱਜ, ਤੂੰ ਦਿਨ ਸਾਈਡ 'ਤੇ ਹੋ ਕੇ ਸੁਣਾਇਆ ਸੀ ਨਾ ਸੌਂਗ, ਅੱਜ ਮੈਂ ਵੀ ਸਾਈਡ ਸੌਂਗ ਸੁਣਾਉਂਦੀ ਫਿਰ। ਟੰਗੇ ਤਸਵੀਰਾਂ ਵਾਂਗੂ ਤਾਰ ਗਏ, ਹਾਸੇ ਲਾਗੀ ਨਾਲ ਗਮ ਪੱਲੇ ਪੈ ਗਏ। ਟੰਗੇ ਤਸਵੀਰਾਂ ਵਾਂਗੂ ਤਾਰ ਗਏ, ਹਾਸੇ ਲਾਗੀ ਨਾਲ ਦੁੱਖ ਪੱਲੇ ਪੈ ਗਏ। ਛੱਡ ਕੇ ਗਈ ਸੀ ਗੱਲ ਉੱਥੇ, ਛੱਡ ਕੇ ਗਈ ਸੀ ਗੱਲ ਉੱਥੇ, ਹਾਲੇ ਤੱਕ ਗੱਲ ਕੋਈ ਖੁੱਲੀ ਵੀ ਨਹੀਂ। ਹੋਰ ਨਾਲ ਦਿਲ ਕਿੱਥੋਂ ਲਾ ਲਈਏ, ਪਹਿਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀਂ। ਹੋਰ ਨਾਲ ਦਿਲ ਕਿੱਥੋਂ ਲਾ ਲਈਏ, ਪਹਿਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀਂ। ਮਤਲਬ ਪਹਿਲਾਂ ਕੌਣ ਸੀ ਜੀ? ਮਰ ਜਾਣਾ ਭੁੱਲੀ, ਭੁੱਲਿਆ ਹੁੰਦਾ ਤਾਂ ਫੇਰ ਹੋਣਾ ਸੀ, ਤੂੰ ਫੇਰ ਪੁੱਛਣਾ ਸੀ। ਕੁੜੀ ਭੁੱਲੀ ਆ, ਮਰ ਜਾਣਾ। ਅਜੇ ਕੋਈ ਫਰੈਂਡ ਭੁੱਲ ਗਈ ਤਾਂ? ਕਲਾਸ 'ਚ ਪੜ੍ਹਦੀ ਹੁੰਦੀ, ਤੈਨੂੰ ਪਤਾ ਫਿਰ ਕਲਾਸ 'ਚ ਜਦੋਂ ਆਪਾਂ ਅਗਲੀ ਕਲਾਸ 'ਚ ਜਾਂਦੇ ਹਾਂ, ਫਿਰ ਜਿਹੜੀ ਕੋਈ ਕੁੜੀ ਪਿਛਲੀ ਕਲਾਸ ਛੱਡ ਜਾਵੇ ਜਾਂ ਫਿਰ ਫੇਲ ਹੋ ਜਾਵੇ, ਫਿਰ ਉਹਨੂੰ ਭੁੱਲਣਾ ਹੀ ਪੈਂਦਾ ਨਾ ਫਿਰ। ਇਹੀ ਗੱਲ ਹੈਗੀ, ਮੇਰੇ ਵੀ ਬਹੁਤ ਫਰੈਂਡ ਸੀਗੇ ਜੀ, ਹੁਣ ਮੈਨੂੰ ਯਾਦ ਹੀ ਨਹੀਂ ਕਰਦੇ ਜੀ। ਤੂੰ ਕਿਹੜਾ ਕਰਦਾ ਮਰ ਜਾਣਾ? ਮੈਂ ਕਿੱਥੋਂ ਕਰਨਾ, ਮੇਰੇ ਕੋਲ ਫੋਨ ਹੈ ਨਹੀਂ ਜੀ। ਅਤੇ ਫਿਰ ਤੂੰ ਚੁੱਕ, ਇੱਡਾ ਵੱਡਾ ਚੋਰ ਆ, ਤੇਰਾ ਇੰਨਾ ਨਾਮ ਆ, ਲੋਕੀ ਤੈਨੂੰ ਸ਼ਕਲ ਦੇਖ ਕੇ ਕਹਿਣ ਲੱਗਦੇ ਆਗਾ ਚੋਰ ਜਾ। ਜੇ ਮੈਂ ਫੋਨ ਰੱਖ ਵੀ ਲਾਂ ਕਹਿਣਗੇ ਜੀ ਚੋਰੀ ਦਾ ਜੀ, ਫਿਰ ਕੀ ਫਾਇਦਾ? ਮੈਂ ਬਦਨਾਮੀ ਜੀ ਲੈਣੀ ਨਹੀਂ ਚਾਹੁੰਦਾ ਜੀ। ਅੱਗੇ ਫਿਰ ਪਤਾ ਕਿ ਜਿਹਨੇ ਤੇਰਾ ਫਿਰ ਮਾਹੌਲ ਵੀ ਇੱਦਾਂ ਦਾ ਕ੍ਰੀਏਟ ਕੀਤਾ ਹੋਣਾ, ਜਿੱਥੋਂ ਤੂੰ ਲੰਘਦਾ ਲੋਕ ਸਲਿਊਟ ਕਰਦੇ ਆ, ਇੱਦਾਂ ਤੂੰ ਫੋਨ ਚੁੱਕ ਕੇ ਤੇ ਬੇਇੱਜ਼ਤੀ ਤਾਂ ਹੋਣੀ ਆ ਫਿਰ। ਹਾਂਜੀ ਹਾਂਜੀ। ਤੇ ਮੈਂ ਥੋੜ੍ਹਾ ਜਿਹਾ ਜ਼ਰਾ ਲੇਟ ਹੋ ਗਿਆ ਜੀ, ਜ਼ਰਾ ਅੱਜ ਕੱਲ੍ਹ ਨਾ ਸਖਤੀ ਬਹੁਤ ਕੀਤੀ ਹੋਈ, ਅਸੀਂ ਨਾਕੇ ਨੂਕੇ ਬਹੁਤ ਲਾਏ ਰਸਤੇ 'ਚ, ਅਤੇ ਉਹ ਚੈੱਕ ਕਰਦੇ ਆਉਣਾ ਪੈਂਦਾ। ਅੱਜ ਕੱਲ੍ਹ ਮੈਂ ਦੇਖਿਆ ਵੀ ਨਾਕਿਆਂ 'ਤੇ ਉਹ ਐਸੇ ਐਸੇ ਲੋਕ ਟੱਕਰ ਦੇਣ ਕਿ ਮਤਲਬ ਤੁਸੀਂ ਜਾਓ ਨਾਕੇ 'ਤੇ, ਕੋਈ ਮੋਟਰਸਾਈਕਲ 'ਤੇ 3 ਜਣੇ ਆ ਰਹੇ ਆ, ਉਹਨਾਂ ਨੂੰ ਤੁਸੀਂ ਰੋਕੋ ਕਿ ਭਾਈ ਰੁਕੋ। ਮਤਲਬ ਚਾਬੀ ਕੱਢਣ ਤੋਂ ਪਹਿਲਾਂ ਅਸੀਂ ਕੀ ਰੋਕਣ ਵਾਸਤੇ, ਪਹਿਲੇ ਤਾਂ ਦੜਾਉਣ ਦੀ ਕੋਸ਼ਿਸ਼ ਕਰਨਗੇ, ਫਿਰ ਚਾਬੀ ਕੱਢਣ ਹੀ ਲੱਗੀ ਹੈ ਨਾ, ਉਸ ਤੋਂ ਪਹਿਲਾਂ ਹੀ ਸਾਡੇ ਹੱਥ 'ਚ ਫੋਨ ਫੜਾਉਂਦੇ, ਆ ਲਓ ਜੀ ਗੱਲ ਕਰੋ, ਨਾਲ ਹੀ ਸਾਨੂੰ ਗੱਲ ਕਰਨੀ ਪੈਂਦੀ ਹੈ। ਹਾਂਜੀ ਸਰ, ਹਾਂਜੀ, ਨਹੀਂ ਨਹੀਂ ਸਰ ਮੈਂ ਫੜਿਆ ਹੀ ਨਹੀਂ, ਇਹ ਤਾਂ ਮੁੰਡਾ ਹੀ ਬਹੁਤ ਬੀਬਾ ਜੀ, ਇਹ ਤਾਂ ਜਾ ਹੀ ਇਕੱਲਾ ਰਿਹਾ ਸੀ, ਮੈਨੂੰ ਛੱਡ ਦਿੰਦੇ ਆ, ਲਓ ਆਹ ਹਾਲ ਆ ਸਾਡਾ, ਦੱਸੋ ਕੀ ਕਰੀਏ। ਮਤਲਬ ਕੋਈ ਇੱਜ਼ਤ ਨਹੀਂ ਜੀ? ਉਹ ਇੱਜ਼ਤ ਨਹੀਂ, ਬੇਵਕੂਫਾ। ਇਹ ਕਹਿਣ ਦਾ ਮਤਲਬ ਇਹ ਕਿ ਜਿਹੜੇ ਵੱਡੇ ਵੱਡੇ ਲੋਕ ਹੁੰਦੇ ਆ, ਜਿਹੜੇ ਉਹਨਾਂ ਦੇ ਨਿਆਣੇ ਹੁੰਦੇ ਆ, ਉਹ ਵਿਗੜੇ ਹੁੰਦੇ ਆ, ਤੇ ਵੱਡੇ ਫੋਨ, ਵੱਡੇ ਲੋਕ ਆ ਜਿਹੜੇ ਉੱਪਰੋਂ ਫੋਨ ਕਰਾ ਦਿੰਦੇ, ਹਾਂਜੀ, ਉਹ ਬਹੁਤ ਹੀ ਉੱਪਰੋਂ ਕਰਾ ਦਿੰਦੇ, ਕਈ ਤਾਂ 27ਵੀਂ ਮੰਜ਼ਿਲ ਤੋਂ ਕਰਾ ਦਿੰਦੇ, ਫਿਰ ਉੱਥੇ ਚੱਕਰ ਪੈ ਜਾਂਦਾ। ਐਸੇ ਤਾਂ ਤੁਸੀਂ ਵੀ ਵੱਡੇ ਹੋ ਜੀ। ਤੂੰ ਕੀ ਹੁੰਦਾ? ਮਤਲਬ ਤੂੰ ਕਿੱਦਾਂ ਬੋਲਿਆ? ਤੂੰ ਨਿਕਲ ਗਿਆ, ਸੀ ਪਿੱਛੇ ਰਹਿ ਗਿਆ ਜੀ, ਤੂੰ ਸੀ
है तो सी पीछे रह रहा है तो चल रहा है। चैन से सोना है तो जाग जाइए, पेट खराब है तो डॉक्टर के पास जाइए। यार चूरना वाला लग रही पेड़ा ना खाई चूरना वाला लगता, कभी टीवी देखे जिंदगी मैं सर तो ये न्यूज चैनल चाहिए ना। यस आपने सही पहचाना, मैं न्यूज चैनल पे आता हूँ, आपने देखा है हमारा प्रोग्राम और ये बात मैं आपसे कहना चाहता हूँ। आप तो मतलब हमारे थाने में बड़ी खुशी हुई सर, आप आए बड़ा अच्छा लगा जी। सर क्या नाम है आपका? मेरा नाम दीपक कौशल है। दीपक कौशल? दीपक कौशल जी। वाह दीपक जी बड़ा अच्छा लगा सानू, हमें अच्छा लगा आज पंजाब में। हां जे राम नाल भी बोलन समझता आ जूगी। ओही गल तू टीवी देखे ने, ओने दा शो देखे पता कितना हिट शो है ना दा। चौन सो सोना सर मैं भी कर लेना थोड़ी। मेरी गड्डी चोरी हो गई ओदा पता लबो। हां गड्डी चोरी हो गई आ घर दा पता। गड्डी ताडी चोरी हो गई? हां चैन ना जाओगे सो फिर आप ही तो कहने ने तुसी चैन से सोना है तो जाग जिए सोए हो जाके गड्डी को अच्छी सर। ओहो पोस्टर लेने मेनू मतलब ऐसा की हो गया तुसी पंजाब की शूटिंग करना है सी? हां हम शूटिंग करने जे सारा कुछ मैं ही कहना ते अगर तू हां हूं ही करना है तो फिर रहन देना, तू ही दस मेनू की करना है पंजाब। मेरी गड्डी चोरी होगी। अच्छा हां की लेना है इधर? मैं रिपोर्ट लिखाना है। इधर ते रिपोर्ट लिखाना है जिथों गड्डी चोरी हो ओथे ओ केड़ी जगह तो हुई है? किसी दी इंटरव्यू लेना है सी किसी टीचर दी। हां उस टीचर ने धक्का होया। की धक्का होया? ਕਿਸੇ ਨੇ ਪੈਸੇ ਮਾਰ ਲਏ ਉਹਦੇ। ਅੱਛਾ ਹਾਂ ਇਹ ਗੱਲ ਤੁਹਾਨੂੰ ਦੱਸੀ ਉਹਨਾਂ ਨੇ? ਜੀ ਤੁਸੀਂ ਇੰਟਰਵਿਊ ਲੈਣ ਗਏ ਸੀਗੇ? ਜੀ। ਵਾਹ ਜੀ ਵਾਹ ਵਾਹ ਜੀ ਤੇ ਵਧੀਆ ਹੋਈ ਫਿਰ ਇੰਟਰਵਿਊ। ਇੰਟਰਵਿਊ ਲੈਣ ਲੱਗਾ ਸੀ ਉਸ ਤੋਂ ਪਹਿਲਾਂ ਮੇਰੀ ਗੱਡੀ ਚੋਰੀ ਹੋ ਗਈ। ਅੱਛਾ ਅੱਛਾ ਕਿਹੜੀ ਗੱਡੀ ਸੀ ਤੁਹਾਡੀ? ਗੱਡੀ ਕਿਹੜੀ ਸੀ? ਹਾਂ ਕਿਹੜੀ ਗੱਡੀ? ਨੋਇਟਾ। ਨੋਇਟਾ? ਅੱਛਾ ਨੋਇਟਾ ਵਾਲਿਆਂ ਦੀ ਵੱਡੀ ਗੱਡੀ ਸੀ? ਹਾਂ 7 ਸੀਟਰ। 7 ਸੀਟਰ? ਵਾਹ ਜੀ ਵਾਹ। ਕਿਸ਼ਤਾਂ ਕਿੱਥੋਂ ਲਈਆਂ ਫਿਰ ਤੁਸੀਂ ਮਤਲਬ ਕਿੱਦਾਂ ਤਾਰੀਆਂ? ਮੇਰੀ ਆਪਣੀ ਗੱਡੀ ਆ। ਅੱਛਾ ਤੁਹਾਡੀ ਆਪਣੀ ਗੱਡੀ ਜੀ? ਵਾਹ ਜੀ ਵਾਹ। ਕੋਈ ਨਹੀਂ ਸਰ ਤੁਸੀਂ ਟੈਨਸ਼ਨ ਲਓ, ਤੁਸੀਂ ਪੰਜਾਬ ਆਏ ਹੋ ਇਦਾਂ ਕਦੀ ਹੋ ਸਕਦਾ ਕਿ ਅਸੀਂ ਤੁਹਾਡੀ ਹੈਲਪ ਨਾ ਕਰੀਏ? ਪਰ ਮੇ ਵੀ ਅੱਜ ਹੋ ਜਾਵੇ ਕਿਉਂਕਿ ਮੈਨੂੰ ਕੰਮ ਆ ਥੋੜਾ ਜਿਹਾ ਮੈਂ ਜਾਣਾ ਕਿ। ਪਰ ਨਹੀਂ ਹੋ ਸਕਦਾ ਮੈਂ ਤੁਹਾਡਾ ਕੰਮ ਕਰਕੇ ਜਾਵਾਂ, ਇਹ ਵੀ ਹੋ ਸਕਦਾ ਆਪਣਾ। ਹਾਂ ਫੋਨ ਵੱਜਦਾ ਤਾਂ ਚੱਕ ਲਓ, ਜੇ ਕੋਈ ਪੈਸੇ ਦਿੰਦਾ ਤਾਂ ਰੱਖ ਲਓ। ਹੈ ਇਹ ਸਰ ਸਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕਿ ਤੁਸੀਂ ਵਿੱਚ ਵਿੱਚ ਪੰਜਾਬੀ ਵੀ ਬੜੀ ਅੱਛੀ ਬੋਲਦੇ, ਤੁਸੀਂ ਪਿੱਛੋਂ ਪੰਜਾਬ ਤੋਂ ਨਹੀਂ? ਜੀ ਜੀ ਪੰਜਾਬ ਤੋਂ। ਤੇ ਅੱਗੇ ਮੂੰਹ ਤੋਂ ਕਿੱਧਰ ਨੂੰ? ਉੱਧਰ ਜੀ ਝਾਰਖੰਡ ਦੇ ਨਾਲ ਇੱਕ ਪੈਂਦਾ ਜੀ ਉੱਧਰ ਦੇ ਲਾ ਦੇ। ਹਾਂ ਹਾਂ ਤੇਰੇ ਨਾਲ ਕੋਲ ਪੈਂਦਾ ਉਹ ਤੇ ਝਾਰਖੰਡ ਨਾਲ ਪੈਂਦਾ ਸਾਡੇ। ਅੱਜ ਮੈਂ ਪਰਸਨਲੀ ਬੜਾ ਖੁਸ਼ ਹਾਂ ਕਿਉਂਕਿ ਮੈਂ ਖਬਰਾਂ ਖੁਬਰਾਂ ਦੇਖਦਾ ਰਹਿੰਦਾ ਤੇ ਸਰ ਨੂੰ ਮੈਂ ਬੜੇ ਵਾਰੀ ਦੇਖਿਆ ਵੀ ਸਰ ਇੰਜ ਇੰਜ ਕਰਕੇ ਇੱਕ ਵਾਰੀ ਇਹਨਾਂ ਨੇ ਕੈਮਰਾਮੈਨ ਦੀ ਵੀ ਅੱਖ ਕੱਢਤੀ। ਬਹੁਤ ਮਤਲਬ ਕਮਾਲ ਦੇ ਬੰਦੇ ਨੇ ਤੇ ਸਰ ਬੜਾ ਅੱਛਾ ਲੱਗਾ। ਨੌਕਰੀ ਬਚਾਉਣੀ ਹੈ ਤਾਂ ਮੇਰੀ ਰਿਪੋਰਟ ਲਿਖ ਲਓ। ਗੱਡੀ ਦੱਸ ਦਿਓ ਕਿੱਥੇ ਆ। ਅੱਛਾ ਜਲਦੀ ਨਾਲ ਲੱਭ ਕੇ ਮੇਰੇ ਘਰੇ ਪਹੁੰਚਾ ਦਿਓ। ਸਰ ਆਪਾਂ ਲੱਭ ਲੈਣੇ। ਅੱਛਾ ਕੋਟਾ ਗੱਡੀ ਹੈ ਨਾ ਤੁਹਾਡਾ ਦੀਪਕ ਕੌਸ਼ਲ ਹੈ, ਇਹ ਕਿੱਥੋਂ ਚੁੱਕੀ ਗਈ ਹੈ? ਇਹ ਟ੍ਰਿਬਿਊਨ ਚੌਂਕ ਚੋਂ। ਹੈ ਟ੍ਰਿਬਿਊਨ ਚੌਂਕ? ਟ੍ਰਿਬਿਊਨ ਚੌਂਕ ਤੋਂ? ਵਾਜਵਾ ਤੁਹਾਨੂੰ ਪਤਾ ਟ੍ਰਿਬਿਊਨ ਵੀ ਕਿਸੇ ਕੰਪਨੀ ਦਾ ਨਾਮ? ਤੁਹਾਨੂੰ ਰੱਖ ਕਿੱਦਾਂ ਲਿਆ ਚੈਨਲਾਂ ਤੇ? ਮੈਨੂੰ ਇਹ ਨਹੀਂ ਸਮਝ ਆ ਤੁਹਾਡੀ ਤਾਂ ਨੌਲੇਜ ਬਹੁਤ ਘੱਟ ਹੈ। ਮੇਰੀ ਨੌਲੇਜ ਬਹੁਤ ਹੈ। ਅੱਛਾ ਸਵਾਲ ਪੁੱਛੋ ਕੋਈ ਜਨਰਲ ਨੌਲੇਜ ਦਾ। ਘਰੇ ਰਹਿ ਗਈ ਜਿਹੜੀ ਬਹੁਤ ਹੈ। ਜਨਰਲ ਨੌਲੇਜ ਦਾ ਸਵਾਲ ਪੁੱਛੋ ਕੋਈ। ਆਂਦੇ ਹੋ ਥੋੜੀ ਜਿਹੀ ਲੈ ਜਾਂਦੇ ਪਰਸ ਚ ਨਹੀਂ। ਜਨਰਲ ਨੌਲੇਜ ਦਾ ਸਵਾਲ ਪੁੱਛੋ ਕੋਈ। ਜਨਰਲ ਨੌਲੇਜ ਆਏ ਆਊਗਾ ਪੱਕਾ ਜੀ। ਜੀ ਦੱਸੋ ਮੇਰੇ ਫੋਨ ਚ ਕਿੰਨਾ ਬੈਲੈਂਸ ਆ? ਯੁਗਾਂਡਾ ਦੇ ਰਾਸ਼ਟਰਪਤੀ ਦਾ ਕੀ ਨਾਮ ਹੈ? ਤਿਰੁਪਤੀ। ਹੈ ਤਿਰੁਪਤੀ ਨਹੀਂ ਬੋਲੀ ਦਾ ਹੁੰਦਾ ਜਦ ਨਾ ਕੁਝ ਬੋਲਿਆ ਜਾਵੇ। ਚੁੱਪ ਰਹਿ। ਹਾਂ ਘੁੰਮਣਾ ਫਿਰਨਾ ਪਿੱਛੇ ਆਦਤ ਬਣੀ ਹੋਈ ਆ। ਅੱਛਾ ਸੌਰੀ ਸੌਰੀ। ਹਾਂਜੀ ਮੈਂ ਕਿਹਾ ਚਾਹ ਪੱਤੀ ਜੋ ਦਾ ਚਿਮਚਾ ਨਿਕਲਦਾ ਜੀ, ਫੋਨ ਤਾਂ ਨਿਕਲਿਆ ਨਹੀਂ ਕਰਦਾ ਜੀ। ਤੇ ਤੂੰ ਤਾਂ ਨਿਕਲਿਆ ਨਹੀਂ ਮੈਂ ਉਹ ਬੇਟਾ ਉਹਦੇ ਚੋਂ ਹੀ ਨਿਕਲਿਆ ਏ।
ਕਿਉਂਕਿ ਤੁਹਾਡਾ ਸਟਾਈਲ ਬਹੁਤ ਕਮਾਲ ਸੀ। ਵਾਹ ਕਮਾਲ, ਵਾਹ, ਵੈਰੀ ਗੁੱਡ, ਵੈਰੀ ਗੁੱਡ ਯਾਰ, ਇਹ ਤੇ ਆਪਣੀ ਇਹੀ ਤਾਰੀਫ ਚਾਹੀਦੀ ਤੁਸੀਂ, ਵੈਰੀ ਗੁੱਡ। ਪਰ ਮੈਂ ਸਰ, ਮੇਰਾ ਇੱਕ ਸਵਾਲ ਹੈ ਤੁਹਾਨੂੰ ਕਿ ਜਿਸ ਤਰ੍ਹਾਂ ਆ ਜਿਹੜਾ ਐਕਸੈਂਟ ਹੈ, ਜੋ ਸਟਾਈਲ ਹੈ ਤੁਹਾਡਾ, ਤੇ ਘਰ ਵਿੱਚ ਤੁਸੀਂ ਕਿੱਦਾਂ ਗੱਲ ਕਰਦੇ ਹੋ? ਘਰ ਵਿੱਚ ਵੀ ਮੇਰਾ ਇਹੀ ਰੋਵਾ, ਐਦਾਂ ਹੀ ਬੋਲਦੇ ਹੋ ਜੀ? ਜਿੱਦਾਂ ਮਤਲਬ ਮੈਂ ਕਹਿਣਾ ਹੁੰਦਾ, ਰੋਟੀ ਪਾ ਦਿਓ ਨਹੀਂ ਤਾਂ ਤੁਹਾਡਾ ਜੀਣਾ ਦੁੱਬਰ ਕਰ ਦੂੰਗਾ। ਓਹੋ, ਘਰ 'ਚ ਵੀ ਜੀ? ਨਿਆਣੇ ਬਹੁਤ ਡਰਦੇ ਹੋਣੇ ਤੁਹਾਡੇ ਕੋਲ। ਉਹ ਬੱਚੇ ਸਕੂਲ ਲਈ ਟਾਈਮ ਨੂੰ ਟਾਈਮ ਹੋ ਗਿਆ, ਛੇਤੀ ਨਾਲੋ ਲੇਟ ਹੋ ਜਾਓਗੇ, ਛੇਤੀ ਕਰੋ ਨਹੀਂ ਤਾਂ ਮੇਰੇ ਤੋਂ ਚਪੜਾ ਖਾ ਲਓਗੇ। ਇਦਾਂ ਦਾ ਪਿਓ ਹੋਵੇ ਤੇ ਬੱਚਿਆਂ ਨੇ ਸਕੂਲ 'ਚ ਹੀ ਨਹਾਣਾ? ਹਾਂਜੀ ਸਰ, ਉਹ ਤਾਂ ਛੇਤੀ ਚਲੋ ਬੱਚੋ ਸਕੂਲ ਨਾਲੋ। ਇਹ ਕੀ ਗੱਲ ਹੋਈ ਜੀ? ਤੁਸੀਂ ਨਾਲੋ? ਮੈਂ ਕੋ ਨਾਲ, ਮੈਂ ਨਹਾ ਕੇ ਆਇਆ। ਬੱਚਿਆਂ ਨੂੰ ਕਿਹਾ ਮੈਂ ਕੀ ਵੀ ਤੁਸੀਂ ਨਾਲੋ, ਸਕੂਲ ਲੇਟ ਹੋ ਜਾਓਗੇ। ਸਕੂਲ ਸਕੂਲ ਥੋੜੀ ਲੇਟ ਹੁੰਦਾ, ਬੱਚੇ ਲੇਟ ਹੁੰਦੇ ਆ। ਉਹ ਸਕੂਲ ਲਈ ਲੇਟ ਲੋ ਹੋ ਜਾਓਗੇ। ਲੇ ਲੇ ਕੀ ਲੇਟ ਲੋ? ਮੈਂ ਕਹਿੰਦਾ ਥੋੜੀ ਦੇਰ ਦਾ, ਤੁਹਾਡਾ ਦਿਮਾਗ ਨਹੀਂ ਕੰਮ ਕਰਨ ਡਿਆ। ਸਕੂਲ ਲਈ ਲੇਟ ਹੋ ਜਾਓਗੇ? ਹਾਂ, ਕਾਲੀ ਨਹੀਂ ਹੈ ਕੋਈ ਵੀ, ਆਰਾਮ ਨਾਲ ਕਰੋ, ਕੋਈ ਕੋਈ ਚੱਕਰ ਨਹੀਂ ਹੈਗਾ। ਜੇ ਤੁਹਾਨੂੰ ਸਾਰੇ ਸਿੰਗਰ ਪਸੰਦ ਹੈ ਜੀ, ਉਹੀ ਲਾਈਨ ਰਿਪੀਟ ਕਰੋ। ਮੈਂ ਸਾਰੇ ਸਿੰਗਰਾਂ ਨੂੰ ਸੁਣਦਾ। ਠੀਕ ਹੈ, ਕਿਹੜਾ ਪੰਜਾਬੀ ਸਿੰਗਰ ਹੈ ਤੁਹਾਡਾ ਫੇਵਰਟ? ਸਤਿੰਦਰ ਸਰਤਾਜ। ਹੈਂ? ਸਤਿੰਦਰ ਸਰਤਾਜ। ਅੱਛਾ, ਸਰਤਾਜ ਜੀ ਨੂੰ ਸੁਣਦੇ ਤੁਸੀਂ ਜੀ? ਸੁਣਾਓ ਸਰ ਕੁਝ ਮਾੜਾ। ਲਾਵਾਂ ਇਸ਼ਕ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਖਮਾਰੀਆਂ। ਵਾਹ ਵਾਹ, ਲੱਗ ਤਾਂ ਨਹੀਂ ਰਹੀਆਂ ਸਰ, ਕਿਤੋਂ ਚੜੀਆਂ? ਲਾਵਾਂ ਇਸ਼ਕ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਖਮਾਰੀਆਂ। ਨਹੀਂ ਨਹੀਂ ਸਰ, ਤੁਸੀਂ ਇਹ ਗਾਓ, ਲਾਵਾਂ ਅੰਬਰਾਂ ਦੇ ਵਿੱਚ ਮੈਂ ਉਡਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਨੇ ਕਾਲੀਆਂ, ਕਾਲੀਆਂ ਚੜੀਆਂ, ਪਿਆਰ ਦੀਆਂ ਚੜੀਆਂ ਖਮਾਰੀਆਂ। ਤੁਹਾਡੀ ਸ਼ਕਲ ਦੇਖ ਕੇ ਲੱਗਦਾ ਇਦਾਂ ਜਿੱਦਾਂ ਤੁਹਾਨੂੰ ਲੱਗੀਆਂ ਕਿੰਨੀਆਂ ਬਿਮਾਰੀਆਂ। ਹਾਂਜੀ, ਖੌਫਨਾਕ ਦਰਦ ਆਵਾਜ਼ ਨੇ ਸਾਬਤ ਕਰ ਦਿਆ ਇਹ ਅਨਪੜ ਹੈ। ਸਾਰਾ ਕ੍ਰੀਏਟਿਵ ਕੰਮ ਮੇਰੇ ਤੇ ਛੱਡਿਆ ਹੋਇਆ। ਦੁਬਾਰਾ ਸੁਣਾ। ਲਾਵਾਂ ਅੰਬਰਾਂ ਦੇ ਵਿੱਚ ਮੈਂ ਉਡਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਖਮਾਰੀਆਂ, ਮੈਂ ਤੇਰੀ ਸ਼ਰਟਾਂ ਪਾੜ ਦੇਣੀਆਂ ਸਾਰੀਆਂ। ਲਾਵਾਂ ਅੰਬਰਾਂ ਦੇ ਵਿੱਚ ਮੈਂ ਉਡਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਖਮਾਰੀਆਂ, ਟਾਈਮ ਕੱਢ ਤੇ ਗਾਰੇ 'ਚ ਵੀ ਲਾ ਕੇ ਦੇ ਤਾਰੀਆਂ। ਇਹਨੂੰ ਰਿਪੀਟ ਕਰੀ ਚੱਲਾਂ। ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਖਮਾਰੀਆਂ, ਪਤਾ ਤੈਨੂੰ ਉਦੋਂ ਲੱਗਣਾ ਜਦੋਂ ਗਿੱਲੀਆਂ ਕਰਕੇ ਜਰਾਬਾ ਤੇਰੇ ਮੂੰਹ ਤੇ ਮਾਰੀਆਂ। ਆਓ ਜੀ, ਚਲੋ ਹੁਣ ਨਹੀਂ ਆਈ ਟੋਕਦੇ, ਇਹਨੇ ਰਿਪੋਰਟ ਲਾ ਦੇਣੀ ਜੀ ਆਪਣੀ। ਨਹੀਂ, ਹੁਣ ਨਹੀਂ ਟੋਕਦੇ, ਸੁਣਾਓ। ਕੇਸ ਕਰ ਦੇਣਾ ਮੈਂ ਤੁਹਾਡੇ ਤੇ। ਹਾਂਜੀ ਹਾਂਜੀ ਕਰਾਂਗੇ, ਤੈਨੂੰ ਮੈਂ ਸੀਰੀਅਸਲੀ ਨਹੀਂ ਲੈਣ ਡਿਆ ਤੇ। ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ, ਸਾਨੂੰ ਪਿਆਰ ਦੀਆਂ ਚੜੀਆਂ ਨੇ ਖਮਾਰੀਆਂ, ਸਾਨੂੰ ਪਿਆਰ ਦੀਆਂ ਚੜੀਆਂ ਨੇ ਖਮਾਰੀਆਂ। ਯਾਰ ਖਮਾਰੀਆਂ ਤੂੰ ਯਾਰ ਖਰਮਾਨੀਆਂ ਵਿੱਚ ਆ ਕਰ, ਤੂੰ ਤੇਰਾ ਕੰਮ ਬਹੁਤ ਚੱਲਣਾ, ਪਤਾ ਨਹੀਂ ਤੇਰੀ ਸ਼ਕਲ ਤੋਂ ਲੱਗਾ ਕਿ ਸ਼ਾਇਦ ਸੈੱਟ ਹੈ। ਤੁਸੀਂ ਨਾਖਾਂ ਵਿੱਚ ਆ ਕਰੋ। ਇਹ ਤਾਂ ਜਨਾਬ ਹਜੇ ਕੀ ਗੱਲ ਹੋਈ, ਨਾਖਾਂ ਕਿਹੜੇ ਹਿਸਾਬ ਨਾਲ, ਜਿੱਦਾਂ ਕੋਈ ਕੋਈ ਗੱਲ ਸੋਚ ਕੇ ਗਈ ਹੋਏਗੀ ਤੂੰ? ਉਹ ਗੱਲ ਮੈਂ ਮਨ 'ਚ ਸੋਚ ਲਈ, ਤੁਸੀਂ ਨਾਖਾਂ ਹੋਏ ਨਾ, ਮੈਨੂੰ ਦੱਸੋ ਨਾ ਕੀ ਸੋਚ ਕੇ ਤੁਸੀਂ ਕਿਹਾ ਨਾ ਕੰਮ ਖੋਲ੍ਹਣ ਨੂੰ, ਕੋਈ ਹੋਰ ਵੀ ਖੋਲ੍ਹ ਸਕਦਾ ਜੀ, ਦਾਖਾਂ ਹੀ ਕਿਉਂ? ਤੁਸੀਂ ਦਾਖਾਂ ਬਹੁਤ ਜਾਂਦੇ ਹੋ ਨਾ, ਮੁੱਲਾਪੁਰ ਦਾਖਾਂ, ਇਸ ਕਰਕੇ। ਗਾਣਾ ਸੁਣਾਓ। ਯਾ ਜਿਹੜਾ ਤੁਹਾਡਾ ਦਿਲ ਕਰਦਾ ਤੁਸੀਂ ਉਹ ਉਦਾਂ ਸੁਣਾ ਦਿਓ, ਅਸੀਂ ਇਹ ਦੇਖਣਾ ਕਿ ਪੰਜਾਬ ਨਾਲ ਤੁਹਾਨੂੰ ਕਿੰਨਾ ਪਿਆਰ। ਜਨਾਬ ਹੋਈ ਤਾਂ ਇਹਦੀ ਕਾਰ ਚੋੜੀ ਹੈ, ਚੋੜਾ ਕਿਉਂ ਹੋਣ ਡਿਆ ਵਾ? ਕਾਰ ਚੋੜੀ ਨਹੀਂ ਹੋਈ, ਮੈਂ ਗੱਲ ਕਰਤੀ ਨਾ ਤੂੰ ਲਿਆ ਕੇ, ਹੋਈ ਉਹਦੀ ਕਾਰ ਚੋੜੀ ਹੈ, ਉਹ ਚੋੜਾ ਕਿਉਂ? ਮਤਲਬ ਬੰਦੇ ਨੂੰ ਰੋਕ ਕੇ ਹੋਣਾ ਚਾਹੀਦਾ ਇਹ, ਤੇ ਉਹਦੇ ਚ ਮਤਲਬ ਦਹਿਸ਼ਤ ਅਮੀਰ ਪਤਾ ਕਿੰਨਾ, ਪਤਾ ਕਿੰਨਾ ਸ਼ੋਅ ਚੱਲਦੇ ਉਹਦੇ, ਮਤਲਬ ਕੋਈ ਫਰਕ ਨਹੀਂ ਨਾ ਨਾ ਉਹਨੂੰ ਕੋਈ ਫਰਕ ਨਹੀਂ, ਪਰ ਮਾੜਾ ਮੋਟਾ ਤੇ ਰਿਪੋਰਟ ਲਿਖਾਣਾ ਆਊਗਾ ਹੀ ਬੰਦਾ। ਅੱਛਾ, ਇਹ ਬਸ ਇਹਦਾ ਇੱਕੋ ਕੰਮ ਹੈ ਕਿ ਮੈਨੂੰ ਗਲਤ ਕਰਨਾ ਕਿਸੇ ਤਰੀਕੇ।